ਹੰਸਰਾਜ ਜੀ, ਕਿਵੇਂ ਦੇਖਦੇ ਹੋ ਹੁਣ ਤਾਂ ਜਿੱਦਾਂ ਕਹਿੰਦੇ ਨਾ ਕਿ ਫਸਲ ਪੱਕੀ ਪਈ ਹੈ? ਸਭ ਤੋਂ ਪਹਿਲਾਂ ਬਰਾੜ ਸਾਹਿਬ ਤੁਹਾਨੂੰ ਵੀ ਤੁਹਾਡੇ ਚੈਨਲ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਬਹੁਤ ਅੱਛਾ ਲੱਗ ਰਿਹਾ ਜੀ, ਹੁਣ ਕਲਾਈਮੈਕਸ ਵੱਲ ਹੀ ਜਾ ਰਿਹਾ, ਇੱਕ ਅੱਧਾ ਦਿਨ ਹੀ ਰਹਿ ਗਿਆ ਜੀ, ਬਹੁਤ ਅੱਛਾ ਲੱਗ ਰਿਹਾ। ਅੱਛਾ, ਕਿਵੇਂ ਮੈਂ ਦੇਖਦਾ ਕਿ ਜਦੋਂ ਤੁਸੀਂ ਹੁਣ ਘਰੋਂ ਨਿਕਲ ਰਹੇ ਹੋ ਤੁਸੀਂ ਫਰੈਸ਼ ਵੀ ਲੱਗ ਰਹੇ ਹੋ, ਚਿਹਰੇ 'ਤੇ ਸਮਾਈਲ ਵੀ ਹੈ, ਪਰ ਜਦੋਂ ਗੱਡੀ 'ਚ ਬੈਠ ਕੇ ਬਾਹਰ ਇੱਕ ਅੱਧੇ ਫੰਕਸ਼ਨ 'ਤੇ ਜਾਂਦੇ ਹੋ ਅਤੇ ਜਦੋਂ ਥੋੜ੍ਹਾ ਬਹੁਤਾ ਬਾਹਰ ਹੈਤੋਬਾ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਮੁਰਝਾ ਜਾਂਦੇ ਹੋ? ਹਾਂਜੀ, ਮੁਰਝਾਉਣਾ ਕੁਦਰਤੀ, ਆਪਾਂ ਇਨਸਾਨ ਹਾਂ ਨਾ ਜੀ, ਇਨਸਾਨ ਜਿਹੜਾ ਉਹਦੇ 'ਤੇ ਕਈ ਤਰ੍ਹਾਂ ਦੀਆਂ ਕੈਫੀਅਤ ਆਉਂਦੀਆਂ, ਸਟੇਟ ਆਫ ਮਾਇੰਡ ਬਦਲਦਾ। ਜੇ ਪਿਆਰ ਮਿਲੇ ਜਾਨਵਰ ਨੂੰ ਵੀ ਤਾਂ ਉਹ ਦੇਖੋ ਕਿੱਦਾਂ ਕਰਦਾ, ਪਰਿੰਦਿਆਂ ਨੂੰ ਵੀ ਮਿਲੇ ਤਾਂ ਦੇਖੋ ਕਿੰਨਾ ਮੁਹੱਬਤ 'ਚ ਆ ਜਾਂਦਾ। ਜੇ ਝਿੜਕਾ ਦੇ ਦਿੱਤਾ ਜਾਵੇ ਤਾਂ ਫਿਰ ਥੋੜ੍ਹਾ ਜਿਹਾ ਮੁਰਝਾ 'ਤੇ ਜਾਂਦਾ ਜੀ ਬੰਦਾ। ਫਿਰ ਵੀ ਉਹ ਜੇ ਗੁੱਸੇ ਵੀ ਤੁਹਾਡੇ ਆਪਣੇ ਹੀ ਹੋਣ ਫਿਰ ਤਾਂ ਬਹੁਤ ਹੀ ਜ਼ਿਆਦਾ ਮਨ ਦੁਖੀ। ਅੱਛਾ ਹੰਸਰਾਜ ਜੀ, ਪਿਛਲੇ ਦਿਨਾਂ ਤੋਂ ਆਪਾਂ ਜੇ ਪੂਰੇ ਪੰਜਾਬ ਵੱਲ ਹੀ ਝਾਤ ਮਾਰ ਲਈਏ ਤਾਂ ਹਾਲਾਂਕਿ ਆਪਾਂ ਪਹਿਲਾਂ ਵੀ ਗੱਲਬਾਤ ਇਸ ਵਿਸ਼ੇ 'ਤੇ ਕਰਦੇ ਰਹੇ ਹਾਂ, ਪਰ ਹੰਸਰਾਜ ਹੰਸ ਹੁਣੀ ਟਾਰਗੇਟ 'ਤੇ ਜ਼ਿਆਦਾ ਆ ਗਏ। ਹੰਸਰਾਜ ਹੰਸ ਹੋਰਾਂ ਨੂੰ ਸਭ ਤੋਂ ਜ਼ਿਆਦਾ ਵਿਰੋਧ ਦਾ ਸਾਹਮਣਾ ਕਿਉਂ ਕਰਨਾ ਪਿਆ? ਇਹ ਸਵਾਲ ਬਣਿਆ ਰਹੇਗਾ ਮੇਰੇ ਜ਼ਿਹਨ ਵਿੱਚ। ਇਹ ਸੰਗਤ ਨੇ ਸੋਚਣਾ ਕਿ ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ ਕਿ 13 ਸੀਟਾਂ ਨੇ ਟੋਟਲ, 4 ਮੇਨ ਪਾਰਟੀਆਂ ਹੈ, 52-53 ਬੰਦੇ ਹੋਣੇ ਆ ਮੇਰਾ ਖਿਆਲ। ਲੇਕਿਨ ਬਦਕਿਸਮਤੀ ਮੇਰੀ ਕਹਿ ਲਓ ਕਿ ਸਭ ਤੋਂ ਜ਼ਿਆਦਾ ਮੈਨੂੰ ਹੀ ਟਾਰਗੈਟ ਕੀਤਾ ਗਿਆ। ਇਹਦਾ ਕਾਰਨ ਪਤਾ ਨਹੀਂ ਕੀ ਆ, ਮੈਨੂੰ ਸਮਝ ਨਹੀਂ, ਪਤਾ ਨਹੀਂ, ਇਹਦਾ ਪਤਾ ਨਹੀਂ, ਇੰਨਾ ਪਿਆਰ ਕਿਉਂ ਆ ਮੈਨੂੰ ਨਹੀਂ ਪਤਾ। ਮੈਂ ਬਦਕਿਸਮਤੀ ਹੀ ਆਪਣੀ ਕਹਾਂਗਾ ਕਿ ਮੈਨੂੰ ਸਮਝਣ ਵਿੱਚ ਜਾਂ ਤਾਂ ਕੋਈ ਕੁਤਾਹੀ ਹੋ ਰਹੀ ਹੈ ਜਾਂ ਮੈਂ ਕਨਵੇ ਨਹੀਂ ਕਰ ਪਾਇਆ। ਸਿਰਫ ਮੈਨੂੰ ਕਿਉਂ ਟਾਰਗੇਟ ਕੀਤਾ ਗਿਆ, ਇਹ ਮੈਂ ਸਾਰੀ ਜ਼ਿੰਦਗੀ ਉਦਾਸ ਰਹਾਂਗਾ ਇਹ ਸੋਚ ਕੇ। ਸਾਰੀ ਜ਼ਿੰਦਗੀ ਆਂਸੂ ਵੀ ਜਦੋਂ ਮੈਂ ਇਕੱਲਾ ਬੈਠਦਾ ਵਹਿ ਤੁਰਦੇ ਆ, ਕਿਉਂਕਿ ਮੈਂ ਜਿਨ੍ਹਾਂ ਨੂੰ ਆਪਣਾ ਸਮਝਦਾ ਹਾਂ, ਜਿਸ ਕਰਕੇ ਮੈਂ ਆਇਆ ਕਿ ਮੇਰੇ ਆਪਣੇ ਇੱਥੇ ਨੇ, ਮੈਂ ਇੱਥੇ ਦੇ ਮੁੱਦੇ ਉਠਾਵਾਂਗਾ ਅਤੇ ਜੇ ਉੱਥੇ ਜਾਵਾਂਗਾ ਤਾਂ ਫਿਰ ਹੀ ਉਠਾਵਾਂਗਾ ਨਾ। ਅਤੇ ਪਰ ਪਤਾ ਨਹੀਂ ਕਿਉਂ ਮੈਨੂੰ ਇੰਨਾ ਹੁਣ ਤਾਂ ਤਸ਼ੱਦਦ ਵਾਂਗ ਹੀ ਹੋ ਗਿਆ। ਇੱਕ ਤਾਂ ਹੁੰਦਾ ਨਾ ਵਿਰੋਧਤਾ, ਇੱਕ ਹੁੰਦਾ ਤਸ਼ੱਦਦ, ਉਸ ਲੈਵਲ ਤਾਂ ਹੀ ਮੇਰੇ ਨਾਲ ਹੋਇਆ ਜੀ। ਕਈ ਵਾਰੀ ਜਿੱਦਾਂ ਸਰ ਜੀ ਤੁਸੀਂ ਕਿਹਾ ਕਿ ਪਿਆਰ ਵੰਡੋ ਤਾਂ ਪਿਆਰ ਮਿਲਦਾ, ਕਈ ਵਾਰ ਆਪਣੇ ਮੂੰਹ ਦੇ ਲਫ਼ਜ਼ ਆ ਜਿਹੜੇ ਕਈ ਵਾਰ ਨਿਕਲੇ, ਚਾਹੇ ਉਹਦੇ ਭਾਵ ਅਰਥ ਹੋਰ ਹੋਣ, ਪਰ ਆਪਣੇ ਕਹਿੰਦੇ ਨੇ ਕਿ ਜ਼ਬਾਨੋਂ ਨਿਕਲੀ ਗੱਲ ਕਈ ਵਾਰ ਹਾਲਾਤ ਚੀਜ਼ਾਂ ਖਰਾਬ ਕਰ ਦਿੰਦੀ ਹੈ। ਤੁਹਾਨੂੰ ਲੱਗਦਾ ਕਿ ਜਾਣੇ ਅਣਜਾਣੇ ਤੁਹਾਡੇ ਤੋਂ ਕੁਝ ਕੁ ਬਿਆਨ, ਕੁਝ ਕੁ ਟਿੱਪਣੀਆਂ ਜਿਹੜੀਆਂ ਨੇ ਸ਼ਾਇਦ ਉਹਨਾਂ ਨੇ ਅੱਗ 'ਤੇ ਘਿਓ ਦਾ ਕੰਮ ਕਰਤਾ? ਨਹੀਂ, ਮੈਂ ਨੈਗੇਟਿਵ ਬਿਆਨ ਕਦੀ ਦਿੱਤਾ ਹੀ ਨਹੀਂ, 1.5-2 ਮਹੀਨੇ ਹੋ ਗਏ ਆ। ਜੋ ਵੀ ਜਿਸ ਤਰ੍ਹਾਂ ਦੀ ਵੀ ਭਾਸ਼ਾ, ਮਾੜੀ ਤੋਂ ਮਾੜੀ ਭਾਸ਼ਾ ਵੀ ਮੇਰੇ ਲਈ ਵਰਤੀ ਗਈ, ਮੈਂ ਹੱਥ ਜੋੜੇ ਨੇ, ਸਮਾਈਲਿੰਗ ਦਿੱਤੀ ਆ, ਫੁੱਲ ਸੁੱਟੇ ਆ, ਬਹੁਤ ਗਰਮੀ ਹੋਵੇ ਤਾਂ ਜਲ ਵੀ ਭੇਜਿਆ, ਠੰਡਾ ਜਲ, ਠੰਡਾ ਪਾਣੀ, ਜਿਹੜੀ ਕਿ ਸਾਡੀ ਰਵਾਇਤ ਆ ਕਿ ਜੇ ਕੋਈ ਗੁੱਸੇ ਵਿੱਚ ਆ ਕਿ ਇਹਦਾ ਚੱਲ ਪਾਣੀ ਪੀ ਲਾ, ਜੇ ਕੋਈ ਪੱਥਰ ਮਾਰਦਾ ਚਲੋ ਫੁੱਲ ਸੁੱਟੋ, ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੀ ਅੱਗ ਹੈ ਨਾ ਉਹਨੂੰ ਬੁਝਾਉਣ ਲਈ ਪਾਣੀ ਹੀ ਜ਼ਰੂਰੀ ਹੈ। ਅੱਗ ਨੂੰ ਅੱਗ ਨਹੀਂ ਬੁਝਾ ਸਕਦੀ ਕਦੀ ਵੀ। ਮੈਂ ਕਦੀ ਇੰਟੈਂਸ਼ਨਲੀ ਨੈਗੇਟਿਵ ਬਿਆਨ ਦੇਣਾ ਵੈਸੇ ਨਹੀਂ ਮੇਰੇ ਸੁਭਾਅ 'ਚ। ਹੁਣ ਤਾਂ ਇਲੈਕਸ਼ਨ ਲੜਦੇ ਹਾਂ ਨਾ, ਜਦੋਂ ਦਾ ਮੈਂ ਜੰਮਿਆ ਮੈਂ ਇੱਕ ਤਾਂ ਟਕਰਾਓ ਵਾਲਾ ਨਹੀਂ, ਦੂਸਰਾ ਬਦਲਾ ਖੋਰੂ ਨਹੀਂ, ਤੀਜਾ ਗੁਸੈਲ ਨਹੀਂ ਗਾ, ਮੈਂ ਗੁੱਸੇ ਵਾਲਾ ਬੰਦਾ ਨਹੀਂ ਹਾਂ। ਹੰਸਰਾਜ ਹੰਸ ਨੂੰ ਤਾਂ ਚਾਹੁਣ ਵਾਲੇ ਜੀ ਸਾਰੇ ਹੀ ਸੀ,
ਬੱਚੇ ਵੀ ਸੀ, ਨੌਜਵਾਨ ਵੀ ਸੀ, ਬੀਬੀਆਂ ਵੀ ਸੀ, ਬਜ਼ੁਰਗ ਵੀ ਸੀ, ਹਰ ਪਾਰਟੀ ਦਾ ਜੁੜਿਆ ਕੋਈ ਵੀ ਵਿਅਕਤੀ ਹੋਵੇ ਸਾਰੇ ਸੀ। ਪਰ ਨਹੀਂ ਲੱਗਦਾ ਕਿ ਜਦੋਂ ਆਪਾਂ ਸਿਆਸੀ ਪਾਰਟੀ ਚਲੇ ਗਏ, ਸਿਆਸੀ ਹੋ ਗਏ, ਉਹ ਫਿਰ ਧੜੇਬੰਦੀ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ। ਅੱਜ ਕਿਤੇ ਨਾ ਕਿਤੇ ਲੱਗਦਾ ਜ਼ਹਿਨ ਦੇ ਵਿੱਚ ਕਿ ਯਾਰ ਹੰਸ ਰਾਜ ਹੰਸ ਜਿਹੜੇ ਲੋਕ ਗਾਇਕ ਉਹ ਇੱਕ ਵਧੀਆ ਨਾਮ ਸੀ, ਹੰਸ ਰਾਜ ਹੰਸ ਸਾਂਸਦ ਬਣ ਕੇ ਚੁਣੌਤੀਆਂ ਕੁਝ ਅਲੱਗ ਹੋ ਗਈਆਂ। ਨਹੀਂ, ਅੱਜ ਦੀ ਡੇਟ ਵਿੱਚ ਵੀ ਕਰੋੜਾਂ ਲੋਕ ਪਿਆਰ ਕਰਦੇ ਆ, ਉਹਦੇ ਵਿੱਚ ਬੱਚੇ ਆ। ਮੈਂ ਦੇਖਦਾ ਜਦੋਂ ਕੋਈ ਰੋਡ ਸ਼ੋਅ ਹੋਵੇ ਜਾਂ ਮੈਂ ਵੈਸੇ ਲੰਘਾ, ਕੱਲ੍ਹ ਪਰਸੋਂ ਮਨ ਕੀਤਾ ਚਲੋ ਗੋਲ ਗੱਪੇ ਖਾਧਿਆ, ਸਦੀਆਂ ਹੋਈਆਂ ਕਿਉਂਕਿ ਸੰਗੀਤ ਨਾਲ ਤਾਲੁਕ ਹੈ ਅਤੇ ਇਹੋ ਜਿਹੀਆਂ ਚੀਜ਼ਾਂ ਕਿ ਨਹੀਂ, ਮੈਂ ਕਿਹਾ ਚਲੋ ਮੂੰਹ ਤਕਰਾਰਾ ਜਿਹਾ ਕਰੀਏ। ਦੋ ਮਿੰਟ ਲਈ ਖੜ੍ਹਾ ਹੋਇਆ ਮੈਂ ਅਤੇ ਸਾਰਾ ਬਾਜ਼ਾਰ ਭਰ ਗਿਆ। ਅੱਜ ਬੱਚੇ, ਨੌਜਵਾਨ, ਬਜ਼ੁਰਗ ਮਾਤਾਵਾਂ ਸਿਰ 'ਤੇ ਹੱਥ ਰੱਖਦੀਆਂ ਨੇ, ਬਜ਼ੁਰਗ ਪਿਆਰ ਦਿੰਦੇ ਨੇ, ਜੱਫੀਆਂ ਪਾਉਂਦੇ ਨੇ। ਪਰ ਕੁਛ ਇੱਕ ਮੁੱਠੀ ਭਰ ਲੋਕ ਜੇ ਤੁਹਾਨੂੰ ਨਫ਼ਰਤ ਕਰਦੇ ਆ ਤਾਂ ਤੁਹਾਨੂੰ ਮਾਯੂਸ ਤਾਂ ਤੁਸੀਂ ਹੁੰਦੇ ਆ, ਉਦਾਸ ਤਾਂ ਤੁਸੀਂ ਹੁੰਦੇ ਆ, ਪਰ ਫਿਰ ਮੈਂ ਉਹਨਾਂ ਦੀ ਮੁਹੱਬਤ, ਕਿਉਂਕਿ ਮੇਰਾ ਫੋਨ ਸਾਰਿਆਂ ਕੋਲ ਆ, ਇੱਕ ਸੈਕਿੰਡ ਲਈ ਵੀ ਫੋਨ ਮਤਲਬ ਬੰਦ ਨਹੀਂ ਹੁੰਦਾ, ਚੱਲਦਾ ਰਹਿੰਦਾ ਚੱਲਦਾ ਰਹਿੰਦਾ। NRI ਭਰਾਵਾਂ ਨੇ ਵੀ ਇੰਨਾ ਹੌਸਲਾ ਦਿੱਤਾ, ਬਾਕੀ ਵੀ ਕਰੋੜਾਂ ਲੋਕ ਆ ਜਿਹੜੇ ਕਹਿੰਦੇ ਅਸੀਂ ਤੇਰੇ ਨਾਲ ਹਾਂ। ਕੁਛ ਇੱਕ ਲੋਕ ਹੈਗੇ, ਚਲੋ ਉਹ ਵੀ ਇੱਕ ਦਿਨ ਐਸਾ ਆਏਗਾ, ਮੈਨੂੰ ਲੱਗਦਾ ਕਿ ਮੁਹੱਬਤ ਜ਼ਿੰਦਾਬਾਦ ਹੋਏਗੀ। ਤੁਹਾਨੂੰ ਲੱਗਦਾ ਕਿ ਉਹਨਾਂ ਨਾਲ ਤੁਰ ਪਾਓਗੇ? ਬਿਲਕੁਲ ਤੋਰਾਂਗਾ, ਕਿਉਂਕਿ ਹੱਥਾਂ ਜੋੜਿਆਂ ਦੀ ਲਾਜ ਰੱਖਣਗੇ, ਨੀਵੇਂ ਸਿਰ ਦੀ ਲਾਜ ਰੱਖਣਗੇ। ਮੈਨੂੰ ਲੱਗਦਾ ਕਿ ਮੁਹੱਬਤ ਵਿੱਚ ਬਹੁਤ ਪਾਵਰ ਆ। ਨਫ਼ਰਤ ਤਾਂ ਆਪਣਾ ਵੀ ਨੁਕਸਾਨ ਕਰਦੀ ਆ, ਮਾਸ਼ਰੇ ਦਾ ਵੀ ਨੁਕਸਾਨ ਕਰਦੀ ਆ। ਸਾਡੀ ਸਟੇਟ ਦੇਖ ਲਓ ਕਿੱਥੋਂ ਕਿੱਥੇ ਆ ਗਈ ਆ। ਇਹਦੇ ਵਿੱਚ ਅਸੀਂ ਜੇ ਕੋਈ ਚੀਜ਼ ਮੰਗਣੀ ਵੀ ਆ ਤਾਂ ਹੰਕਾਰ, ਹੋਮੈ ਔਰ ਗੁੱਸੇ ਨਾਲ ਅਸੀਂ ਮੰਗਦੇ ਹਾਂ, ਇਸ ਤਰ੍ਹਾਂ ਨਹੀਂ ਚੀਜ਼ਾਂ ਮਿਲਦੀਆਂ ਹੁੰਦੀਆਂ। ਮੁਹੱਬਤ ਕਰਕੇ ਤਾਂ ਬੰਦਾ ਖੁਦ ਖੁਦਾ ਹੋ ਸਕਦਾ ਹੈ। ਦੇਖੋ ਕਿੱਡੀ ਵੱਡੀ ਗੱਲ ਹੈ, ਖੁਦ ਖੁਦਾ ਹੋ ਸਕਦਾ, ਮੁਹੱਬਤ ਹੀ ਜ਼ਾਤ ਹੈ। ਲਵ ਇਜ਼ ਗੋਡ, ਗੋਡ ਇਜ਼ ਲਵ। ਔਰ ਮੁਹੱਬਤ ਸਾਡੇ ਦਸਮ ਪਿਤਾ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਦੇਖੋ ਦਸਾਂ ਗੱਦੀਆਂ ਦਾ ਨਿਚੋੜ ਐਂਡ 'ਤੇ ਉਹ ਇਹੋ ਹੀ ਕਹਿ ਕੇ ਗਏ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਸ ਕਰਕੇ ਮੈਂ ਮੁਹੱਬਤ ਦਾ ਰੱਸਾ ਜਾਂ ਦਾਮਨ ਘੁੱਟ ਕੇ ਫੜਿਆ ਹੋਇਆ ਉਹ ਨਹੀਂ ਮੈਂ ਛੱਡ ਸਕਦਾ। ਅੱਛਾ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣੀ ਕਹਿੰਦੇ ਨੇ ਕਿ ਕੇਂਦਰ ਪੰਜਾਬ ਦੀ ਸਰਕਾਰ ਤੋੜਨ ਦੀ ਧਮਕੀ ਦੇ ਰਹੀ ਹੈ, ਕਹਿੰਦੇ ਨੇ ਕਿ 4 ਤਰੀਕ ਵਾਲਾ ਕੰਮ ਲੰਘਣ ਦਿਓ ਅਤੇ ਤੁਹਾਡੀ ਸਰਕਾਰ ਡੇਗ ਦਿਆਂਗੇ। ਭਗਵੰਤ ਮਾਨ ਹੋਰੀ ਨਾਲੇ ਵੀ ਕਹਿੰਦੇ ਨੇ ਕਿ ਸਾਡੀ ਛੱਡੋ, ਸਾਡੇ ਕੋਲ ਤਾਂ 92 ਆ, ਤੁਸੀਂ ਆਪਦੀ ਸੰਭਾਲ ਲਓ। ਹਾਂਜੀ, ਉਹ ਆਪਣਾ ਕਿੱਲਾ ਮਜ਼ਬੂਤ ਰੱਖਣਾ ਚਾਹੀਦਾ ਸਭ ਨੂੰ, ਸਭ ਲਈ ਮੇਰੀਆਂ ਤਾਂ ਦੁਆਵਾਂ ਨੇ। ਮੈਂ ਤਾਂ ਸਭ ਦੀ ਖੈਰ ਮਨਾਉਂਦਾ, ਕਿਉਂਕਿ ਬਚਪਨ ਤੋਂ ਅਸੀਂ ਸੁਣਦੇ ਹਾਂ, ਰੋਜ਼ ਸੁਣਦੇ, ਪਤਾ ਨਹੀਂ ਕਿੰਨੀ ਵਾਰੀ ਸੁਣਦੇ ਹਾਂ, ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਮੈਂ ਤਾਂ, ਮੇਰਾ ਤਾਂ ਜਨਮ ਹੀ ਇਸ ਕੰਮ ਲਈ ਹੋਇਆ ਕਿ ਸਰਬੱਤ ਦਾ ਭਲਾ ਮੰਗਣਾ। ਅਤੇ ਮੈਨੂੰ ਨਹੀਂ ਪਤਾ ਇਹ ਜਿਹੜੀਆਂ ਸਿਆਸੀ ਪੇਚੀਦਗੀਆਂ ਵਾਲੀਆਂ ਮੈਨੂੰ ਨਹੀਂ ਆਉਂਦੀਆਂ, ਲੇਕਿਨ ਮੈਂ ਇਹ ਚਾਹੁੰਦਾ ਕਿ ਜਿਹੜਾ ਓਨੈਸਟ ਬੰਦਾ ਆ, ਜਿਹੜਾ ਆਪਣੀ ਸਟੇਟ ਲਈ, ਆਵਾਮ ਲਈ, ਧਰਤੀਆਂ ਲਈ ਸੋਚਦਾ, ਉਹਨੂੰ ਡਰਨ ਦੀ ਲੋੜ ਨਹੀਂ। ਜਿਹੜਾ ਕਿਸੇ ਗੱਲੋਂ ਕਾਣਾ ਆ, ਉਹਨੂੰ ਹੀ ਡਰਨ ਦੀ ਲੋੜ ਹੈ। ਇਹਨਾਂ ਹਾਲਾਤਾਂ ਦੇ ਵਿੱਚ, ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਤੁਹਾਡਾ ਠੀਕ ਠਾਕ ਪਿਆਰ ਰਿਹਾ, ਤੁਹਾਡੇ ਕਲਾਕਾਰ ਭਾਈਚਾਰੇ 'ਚ ਵੀ ਗਏ ਨੇ, ਤਾਂ ਇਹ ਜਦੋਂ ਘਟਨਾਕ੍ਰਮ ਵਾਪਰਦਾ, ਜਦੋਂ ਪਿਛਲੇ ਦਿਨਾਂ ਦੇ ਵਿੱਚ ਸਥਿਤੀ ਪੈਦਾ ਹੁੰਦੀ ਆ, ਤਾਂ ਕੀ ਮੁੱਖ ਮੰਤਰੀ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਨਹੀਂ, ਉਹ ਐਕਚੁਅਲੀ ਬਿਜ਼ੀ ਹੋਣਗੇ ਕੰਪੇਨ ਵਿੱਚ, ਵੈਸੇ ਉਹ ਆਰਟਿਸਟ ਨੇ,
ਪਹਿਲਾਂ ਗੱਲ ਹੁੰਦੀ ਸੀ ਜਦੋਂ ਦਾ ਟਿਕਟਾਂ ਟੁਕਟਾਂ ਅਨਾਊਂਸ ਹੋਈਆਂ, ਫਿਰ ਉਹਨਾਂ ਨੇ ਆਪਣਾ ਜ਼ੋਰ ਲਾਉਣਾ ਹੁੰਦਾ, ਸਾਡੀ ਪਾਰਟੀ ਆਪਣਾ ਜ਼ੋਰ ਲਾ ਰਹੀ ਆ, ਓਵਰ ਬਿਜ਼ੀ ਆ ਸਾਰੇ, ਅਤੇ ਦੇਖਦੇ ਹਾਂ ਇਲੈਕਸ਼ਨ ਤੋਂ ਬਾਅਦ ਕਿੱਦਾਂ ਦੇ ਭਾਈਚਾਰਾ। ਨਹੀਂ, ਭਾਈਚਾਰਾ ਕਾਇਮ ਰਹਿਣਾ ਚਾਹੀਦਾ। ਸਿਆਸਤ ਜਦੋਂ ਮੈਚ ਸ਼ੁਰੂ ਹੁੰਦਾ ਦੋ ਟੀਮਾਂ ਦਾ, ਉਹਦੇ ਵਿੱਚ ਕਈ ਤਰ੍ਹਾਂ ਦਾ ਅਗਰੈਸਿਵਨੈਸ ਵੀ ਹੁੰਦੀ ਆ, ਲੇਕਿਨ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ। ਜਦੋਂ ਮੈਚ ਖਤਮ ਹੋ ਜਾਏ, ਵੈਰ ਵਿਰੋਧ ਖਤਮ ਹੋਣੇ ਚਾਹੀਦੇ ਆ। ਇੱਥੇ ਤਾਂ ਲੋਕ ਦੁਸ਼ਮਣੀਆਂ ਪਾਲ ਲੈਂਦੇ ਆ, ਇੰਨੇ ਵੋਟਾਂ ਨਹੀਂ ਪਾਈਆਂ, ਇਹਦੇ 'ਤੇ ਝੂਠੇ ਮੁਕੱਦਮੇ, ਨਾਲੇ ਕੁੱਟੋ ਇਹਨੂੰ ਅਤੇ ਨਾਲੇ ਇਹਦੇ 'ਤੇ ਮੁਕੱਦਮਾ ਕਰ ਦਿਓ। ਇਹ ਰਵਾਇਤ ਵੀ ਆਪਾਂ ਬੰਦ ਕਰਨੀ ਹੈ। ਜਿਹਨੇ ਨਹੀਂ ਵੀ ਵੋਟਾਂ ਪਾਈਆਂ, ਜਿਹਨੇ ਬਹੁਤ ਵਿਰੋਧਤਾ ਵੀ ਕੀਤੀ ਹੈ, ਆਪਾਂ ਉਹਨਾਂ ਨੂੰ ਵੀ ਸੀਨੇ ਨਾਲ ਲਾਉਣਾ ਹੈ। ਮਹਾਰਾਜ ਨੇ ਸੇਵਾ ਬਖਸ਼ੀ ਅਤੇ ਉਹ ਕਿਸੇ ਨੂੰ ਇਹ ਨਹੀਂ ਲੱਗੇਗਾ ਕਿ ਮਤਲਬ ਮੈਂ ਵੋਟ ਨਹੀਂ ਪਾਈ ਅਤੇ ਮੈਨੂੰ ਇਗਨੋਰ ਕਰ ਰਿਹਾ। ਕੋਈ ਨਹੀਂ, ਅਗਲੀ ਵਾਰੀ ਸੀ। ਹਸਰਤ ਜੀ, ਸਥਿਤੀ ਕੀ ਦੇਖਦੇ ਹੋ? ਕਿਉਂਕਿ ਹੁਣ ਤਾਂ ਜਿਵੇਂ ਕਹਿੰਦੇ ਨੇ ਕਿ ਆਖਰੀ ਦੌਰ ਚੱਲ ਰਿਹਾ, ਹਾਲਾਤ ਤੁਸੀਂ ਵੀ ਭਾਂਪ ਲਿਆਉਣੇ ਆ, ਕਿਉਂਕਿ ਹੁਣ ਤਾਂ ਤੁਸੀਂ ਵੀ ਪੁਰਾਣੇ ਸਿਆਸਤਦਾਨਾਂ ਦੇ ਵਿੱਚ ਆ ਗਏ, ਹਾਲਾਤ ਕਿਵੇਂ ਦੇਖਦੇ ਹੋ? ਫਰੀਦਕੋਟ ਦੇ ਵਿੱਚ ਕਿਵੇਂ ਦੇਖਦੇ ਹੋ? ਕਿਉਂਕਿ ਦੇਖੋ, ਇੱਥੇ ਮੁਕਾਬਲਾ ਥੋੜ੍ਹਾ ਵਿਲੱਖਣ ਹੋ ਗਿਆ। ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਹੋ ਗਏ, ਕਾਂਗਰਸ ਉਮੀਦਵਾਰ ਹੋ ਗਏ ਅਮਰਜੀਤ ਕੌਰ ਸੌਕੇ, ਅਕਾਲੀ ਦਲ ਦੇ ਉਮੀਦਵਾਰ ਹੋ ਗਏ, ਔਰ ਵਿੱਚ ਇੱਕ ਸਰਬਜੀਤ ਸਿੰਘ ਦਾ ਨਾਮ ਵੀ ਜ਼ਿਕਰ ਦੇ ਵਿੱਚ ਆਉਂਦਾ। ਇਹ ਜਦੋਂ ਸਾਰਾ ਸਿਨੈਰੀਓ ਬਣਦਾ ਤਾਂ ਹੰਸਰਾਜ ਹੰਸ ਐਕਚੁਅਲ ਦੇ ਵਿੱਚ ਕਿੱਥੇ ਦੇਖਦੇ ਨੇ? ਕਹਿੰਦੇ ਨੇ ਚੰਗਾ ਸੋਚੋ ਅਤੇ ਚੰਗਾ ਹੀ ਵਾਪਰਦਾ ਹੈ, ਥਿੰਕ ਪੋਜ਼ਿਟਿਵ ਵਿਲ ਹੈਪਨ ਪੋਜ਼ਿਟਿਵ। ਮੈਂ ਤਾਂ ਮੈਂ ਮੱਛੀ ਦੀ ਅੱਖ ਜਿੱਦਾਂ ਅਰਜਨ ਨੂੰ ਦਿੰਦੀ ਸੀ, ਇਸ ਤਰ੍ਹਾਂ ਮੈਨੂੰ ਮੇਰਾ ਟਾਰਗੇਟ ਹੈ, ਮੈਂ ਆਪਣਾ ਟਾਰਗੇਟ ਪੂਰਾ ਕਰਕੇ ਰਹਾਂਗਾ। ਔਰ ਸੰਗਤ ਦੇ ਆਸਰੇ ਤੋਂ ਬਿਨਾਂ, ਹੁਣ ਤਾਂ ਮੈਂ ਜਦੋਂ ਲੋਕਾਂ ਨੂੰ ਇਹ ਪਤਾ ਲੱਗਾ, ਇਹ ਤਾਂ ਵਿਚਾਰਾ ਯਤੀਮ ਜਾਂ ਯਾਨੀ ਮਜਬੂਰ ਜਾਂ ਬੇਵੱਸ ਜਿਹਾ ਬੰਦਾ ਹੈਗਾ, ਫਿਰ ਤਾਂ ਸੰਗਤ ਨੇ ਕਿਹਾ ਅਸੀਂ ਤੇਰਾ ਇਲੈਕਸ਼ਨ ਲੜਾਂਗੇ। ਸੰਗਤ ਔਰ ਸੰਤ ਮਹਾਂਪੁਰਸ਼ ਮੇਰਾ ਇਲੈਕਸ਼ਨ ਲੜ ਰਿਹਾ, ਮੈਨੂੰ ਤਾਂ ਲੜਨ ਹੀ ਨਹੀਂ ਦਿੱਤਾ ਜਿੱਦਾਂ ਲੜਨਾ ਚਾਹੀਦਾ। ਚੁਣੌਤੀ ਦਿੱਲੀ 'ਚ ਜ਼ਿਆਦਾ ਸੀ ਕਿ ਇੱਥੇ ਜ਼ਿਆਦਾ? ਦਿੱਲੀ 'ਚ ਤਾਂ ਕੋਈ ਚੁਣੌਤੀ ਨਹੀਂ ਸੀ, ਅਤੇ ਥੋੜ੍ਹੀ ਬਹੁਤੀ ਇਲਜ਼ਾਮ ਕੋਈ ਹੁੰਦੀ ਆ, 6.25 ਲੱਖ ਨਾਲ ਜਿੱਤ ਗਏ, ਕੋਈ ਚੁਣੌਤੀ ਨਹੀਂ ਸੀ। ਮੈਂ ਉੱਥੇ ਵੀ ਰਹਿ ਸਕਦਾ ਸੀ, ਮੈਨੂੰ ਪਿਆਰ ਹੀ ਖਿੱਚ ਲਿਆ ਮੇਰੀ ਧਰਤੀ ਦਾ, ਮੇਰੀ ਜਨਮ ਭੂਮੀ ਦਾ। ਮੈਂ ਮਾਲਵੇ ਦੇ ਵਿੱਚ ਬਹੁਤ ਵਿਚ ਰਿਹਾ, ਅਤੇ ਦੂਸਰੀ ਗੱਲ ਇਹ ਆ ਕਿ ਮੇਰੇ ਬਾਰੇ ਨਹੀਂ ਕਦੀ ਵੀ ਕਿਸੇ ਨੂੰ ਸੋਚਣਾ ਚਾਹੀਦਾ, ਜਿੱਦਾਂ ਐਕਟਰ ਸ਼ੈਕਟਰ ਕਰਦੇ ਆ ਜਾਂ ਸਿੰਗਰਸ ਕਰਨਗੇ, ਮੁੜ ਕੇ ਨਜ਼ਰ ਹੀ ਨਹੀਂ ਆਉਣਾ। ਮੈਂ ਤਾਂ ਜਿੱਦਣ ਪਹਿਲੀ ਵਾਰੀ ਇਲੈਕਸ਼ਨ ਇਹਦੇ ਇਸ ਲਾਈਨ 'ਚ ਆਇਆ, ਉਦਣ ਹੀ ਸਿਰ ਢੱਕ ਲਿਆ ਸੀ, ਰਾਤੋ ਰਾਤ ਬਜ਼ੁਰਗੀ ਆ ਗਈ ਸੀ। ਮੈਂ ਆਪਣਾ ਕੰਮ ਛੱਡ ਕੇ, ਤੁਹਾਨੂੰ ਪਤਾ ਆ ਕਿ ਮੇਰੇ ਕੋਲ ਕਿੰਨੀ ਮਾਇਆ ਦੌਲਤ ਸ਼ੋਹਰਤ ਆ ਰਹੀ ਸੀ, ਡੇਲੀ ਪੰਡਾਂ ਬੰਨ ਕੇ ਸੌਂਦਾ ਸੀ, ਉਹ ਸਾਰਾ ਕੁਛ ਤਿਆਗ ਕੇ ਮੈਂ ਇਸ ਲਾਈਨ ਵਿੱਚ ਆਇਆ ਸੀ। ਜਦੋਂ ਮੈਂ ਆਇਆ ਤਾਂ ਤੁਸੀਂ ਦੇਖਿਆ ਦਿੱਲੀ ਮੈਂ ਜੰਮ ਹੀ ਗਿਆ ਸੀਗਾ, ਦਿੱਲੀਓਂ ਮੈਂ ਆਇਆ ਹੀ ਨਹੀਂ ਵਾਪਸ। ਕੋਈ ਦੁੱਖ ਸੁੱਖ ਵੇਲੇ 5-7 ਵਾਰੀ ਆਇਆ ਹੋਊਗਾ 5 ਸਾਲਾਂ ਵਿੱਚ। ਕਰੋਨਾ 'ਚ ਵੀ ਇੰਨੀ ਸੇਵਾ ਕੀਤੀ, ਉਹਦਾ ਵੀ ਐਡੇ ਐਡੇ ਪ੍ਰੋਜੈਕਟ ਬਣਾਏ। ਇਸੇ ਤਰ੍ਹਾਂ ਆਹ ਤਾਂ ਮੇਰੀ ਆਪਣੀ ਧਰਤੀ ਆ, ਮੇਰੇ ਆਪਣੇ ਲੋਕ ਆ, ਉੱਥੇ ਵੀ ਮੇਰੇ ਆਪਣੇ ਹੋ ਗਏ ਸੀ, ਸਕਿਆ ਨਾਲੋਂ ਵੱਧ ਹੋ ਗਏ ਸੀ, ਮੇਰੀ ਜਾਨ ਬਣ ਗਏ ਸੀ ਨੌਰਥ ਵੈਸਟ ਦੇ ਲੋਕ। ਹੁਣ ਵੀ ਕੰਪੇਨ ਲਈ ਆ ਰਹੇ ਆ, ਰੋ ਵੀ ਰਹੇ ਸੀ ਜਿੱਦਣ ਸ਼ਿਫਟ ਕੀਤਾ ਗਿਆ ਮੈਨੂੰ। ਮੈਂ ਜਿੱਥੇ ਜਾਂਦਾ ਪਿਆਰ ਪਾ ਲੈਂਦਾ, ਅਤੇ ਪਿਆਰ 'ਚ ਬੜੀ ਤਾਕਤ ਆ, ਅਤੇ ਮੈਂ ਇੱਥੇ ਵੀ ਕੁੱਲੀ ਪਾ ਕੇ ਪੱਕਾ ਹੀ ਟਿਕ ਜਾਣਾ, ਕਿਸੇ ਵੀ ਕਿਸਮ ਦਾ ਮੇਰੇ 'ਤੇ ਸ਼ੱਕ ਨਾ ਕਰੋ, ਡਾਊਟ ਨਾ ਕਰੋ। ਅੱਛਾ, ਦੇਸ਼ ਦੇ ਵਿੱਚ ਕੀ ਦੇਖਦੇ ਹੋ ਬੀਜੇਪੀ ਦੀ ਹਾਲਤ? ਕਿਉਂਕਿ ਮੋਦੀ ਸਾਹਿਬ ਕਹਿੰਦੇ ਆ 400 ਪਾਰ, ਪਰ ਇੱਧਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਕਹਿੰਦੇ ਆ ਕਿ ਇਸ ਵਾਰ ਤਾਂ ਬੇੜਾ ਪਾਰ ਲਾਉਣਾ ਵੀ ਔਖਾ। ਵਿਰੋਧੀ ਤਾਂ ਹਰ ਵਾਰੀ ਇੱਦਾਂ ਕਹਿੰਦੇ ਹੁੰਦੇ ਆ, ਲੇਕਿਨ ਜਦੋਂ ਤੀਜਾ ਚੌਥਾ ਚਰਮ ਦੀ ਵੋਟਾਂ ਪਈਆਂ ਨਾ,
ਅਤੇ ਉਦੋਂ ਹੀ ਸਰਕਾਰ ਤਾਂ ਉਦੋਂ ਹੀ ਬਣ ਗਈ ਸੀ, ਹੁਣ ਤਾਂ 400 ਪਾਰ ਵਾਲਾ ਹੀ ਕੰਮ ਹੈ ਔਰ ਫਰੀਦਕੋਟ ਰੋਲ ਅਦਾ ਕਰੇਗਾ 400 ਪਾਰ ਕਰਨ ਵਿੱਚ ਬਾਬਾ ਫਰੀਦ ਜੀ ਦੀ ਨਗਰੀ। ਅੱਛਾ, ਇੱਕ ਆਈਡੀਆ ਇੱਕ ਸਮਝਣਾ ਚਾਹੂੰਗਾ ਕਿਉਂਕਿ ਸਿਆਸੀ ਗਣਿਤ ਤੁਸੀਂ ਵੀ ਲਾ ਰਹੇ ਹੋਵੋਗੇ, ਦੇਸ਼ ਦੇ ਵਿੱਚ ਕਿੱਥੇ ਤੁਹਾਨੂੰ ਅੰਕੜਾ ਲੱਗਦਾ 400 ਦੇ ਆਸ ਪਾਸ ਜਿਹੜਾ ਤੁਸੀਂ ਦਾਅਵਾ ਕਰਦੇ ਹੋ, ਕੀ ਲੱਗਦਾ ਕਿੱਥੇ ਜ਼ਿਆਦਾ ਸੀਟਾਂ ਤੁਹਾਨੂੰ ਉਮੀਦ ਹੈ? ਯੂਪੀ ਆ, ਬਿਹਾਰ ਆ, ਮੱਧ ਪ੍ਰਦੇਸ਼ ਆ, ਹੋਰ ਮਹਾਰਾਸ਼ਟਰ ਆ, ਹਰਿਆਣਾ ਆ, ਸਾਰੇ ਯੂ ਬੀਜੇਪੀ ਦੇ ਆ ਸਾਰੇ, ਔਰ ਸਾਊਥ ਵੱਲ ਥੋੜ੍ਹਾ ਬਹੁਤਾ ਜੇ ਹੋਏਗਾ ਇੱਧਰੋਂ ਬੈਲੈਂਸ ਹੋ ਜਾਣਾ। ਬੰਗਾਲ ਵਿੱਚ ਇੱਕ ਸਾਡੀ ਸੀਟ ਨਹੀਂ ਸੀ ਹੁੰਦੀ, ਦੇਖੋ ਕਿੰਨੀਆਂ ਸੀਟਾਂ ਪਿਛਲੀ ਵਾਰੀ ਜਿੱਤ ਲਈਆਂ, ਐਤਕੀ ਉਸ ਤੋਂ ਜ਼ਿਆਦਾ ਜਿੱਤਣਗੇ ਕਾਂਗਰਸ, ਕਿਉਂਕਿ ਐਂਡ ਆਫ ਦਾ ਡੇ ਮੋਦੀ ਸਾਹਿਬ ਦਾ ਕੰਮ, ਮੋਦੀ ਸਾਹਿਬ ਦੀ ਨੀਤ ਅਤੇ ਨੀਤੀ, ਉਹ ਦੇਸ਼ ਹਿੱਤ ਲਈ ਹੀ ਕੰਮ ਕਰਦੇ ਜਦੋਂ ਦੇ ਜੰਮੇ ਆ। ਜੇ ਪੰਜਾਬ ਦੇ ਬਾਰੇ ਤਾਂ ਇੰਨੇ ਕੰਸਰਨਡ ਨੇ, ਪਰਸੋਂ ਚੌਥ ਜਦੋਂ ਆਏ ਪਟਿਆਲੇ, ਉਹਨਾਂ ਨੇ ਕਿਹਾ ਪੰਜਾਬ ਦੇ ਲੋਕ ਤਾਂ ਮੇਰੀ ਜਾਨ ਆ, ਮੈਂ ਇੱਥੇ ਰਿਹਾ ਹਾਂ, ਸਿੱਖਾਂ ਲਈ ਮੈਂ ਇੰਨਾ ਅੱਛਾ ਸੋਚਦਾ, ਪੰਜਾਬੀਆਂ ਲਈ ਇੰਨਾ ਅੱਛਾ ਸੋਚਦਾ, ਬੇਟੀਆਂ ਧੀਆਂ ਲਈ ਇੰਨਾ ਸੋਚਦਾ। ਮੈਂ ਤਾਂ ਉਹਨਾਂ ਨੂੰ ਕਹਿਣਾ ਕਿ ਜਿਹੜੀ ਨਰੇਗਾ 'ਤੇ ਜਾਂਦੀਆਂ ਮੇਰੀਆਂ ਭੈਣਾਂ ਜਾਂ ਹੋਰ, ਇਹ ਦਿਹਾੜੀ ਵਧਾ ਦਿਓ, ਵਾਹ ਵਾਹ ਇਹਨੂੰ ਡਬਲ ਟ੍ਰਿਪਲ ਕਰ ਦਿਓ ਦਿਹਾੜੀ, ਇੰਨੇ ਕਿੰਨਾ ਸਾਡਾ ਕੁਛ ਨਹੀਂ ਬਣਦਾ। ਪੱਲੇਦਾਰਾਂ ਨੂੰ ਵੀ ਕਹੋ ਜ਼ਿਆਦਾ ਮਿਲਣ, ਖੇਤ ਮਜ਼ਦੂਰ ਨੂੰ ਜ਼ਿਆਦਾ ਦਿਹਾੜੀ ਮਿਲੇ, ਮੇਰਾ ਦਿਲ ਕਰੇਗਾ ਰਾਜ ਮਿਸਤਰੀ ਨੂੰ ਜ਼ਿਆਦਾ, ਉਹਦੇ ਨਾਲ ਮਜ਼ਦੂਰ ਜਿਹੜਾ ਤਗਾਰੀਆਂ ਚੁੱਕਦਾ। ਮੈਂ ਜਿੱਥੇ ਜੰਮਿਆ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰਾਂਗਾ ਜਿਨ੍ਹਾਂ ਦਾ ਖਾਧਾ ਰਿਜ਼ਕ, ਫਿਰ ਕਿਸਾਨਾਂ ਦੀ ਵੀ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਉਠਾਵਾਂਗਾ। ਕਾਂਗਰਸ ਦੀ ਕਿੱਥੇ ਦੇਖਦੇ ਹੋ ਆਪਣਾ, ਕਿੱਥੇ ਜਾਏਗਾ ਕਾਂਗਰਸ ਦਾ ਦੇਸ਼ 'ਚ? ਕਾਂਗਰਸ ਵਿਚਾਰੀ ਤਾਂ ਮੇਰਾ ਖਿਆਲ ਠੰਡਾ ਹੀ ਆ ਕੰਮ, ਮੱਠਾ ਹੀ ਆ ਕੰਮ, ਕਿਉਂਕਿ ਲੀਡਰ ਦੇ ਸਿਰ 'ਤੇ ਹੁੰਦਾ ਨਾ, ਲੀਡਰ ਆਈ ਕਿਊ ਵਾਲਾ ਹੋਵੇ। ਸਾਡਾ ਬੰਦਾ ਤਾਂ 500 ਸਾਲ ਪਿੱਛੇ ਅਤੇ 500 ਸਾਲ ਅੱਗੇ ਦੇਖਦੇ ਆ। ਕੌਣ? ਕਾਂਗਰਸ। ਉਹ ਕਹਿਣਗੇ ਤਾਂ 2-4 ਵੋਟਾਂ ਪੈਣਗੀਆਂ ਉਹਨਾਂ ਨੂੰ, ਉਹ ਕੁਛ ਨਾ ਕੁਛ ਤਾਂ ਕਹਿਣਗੇ ਨਾ ਲੋਕਾਂ ਨੂੰ। ਦੇਖ ਲਿਓ 4 ਤਰੀਕ ਨੂੰ ਕਿੰਨੀਆਂ ਕੁ ਸਰਕਾਰਾਂ ਬਣਦੀਆਂ ਉਹਨਾਂ ਦੀਆਂ। ਪੰਜਾਬ 'ਚ ਅਤੇ ਹਰਿਆਣੇ 'ਚ ਬੀਜੇਪੀ ਐਤਕੀ ਬਹੁਤ ਸਰਪ੍ਰਾਈਜ਼ਿੰਗ, ਹੈਰਾਨ ਕਰਨ ਵਾਲੇ, ਪਹਿਲੀ ਵਾਰੀ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ। ਅੱਛਾ, ਇੱਕ ਕਿਉਂਕਿ ਲੋਕਾਂ ਨੇ ਨਾ, ਪੰਜਾਬ ਦੇ ਲੋਕਾਂ ਨੇ ਦੇਖ ਲਿਆ, ਠੱਗੇ ਠੱਗੇ ਜਿਹਾ ਕਹਿੰਦੇ ਅਸੀਂ ਮਹਿਸੂਸ ਕਰਦੇ ਹਾਂ, ਕੋਈ ਵੀ ਯਾਰ ਪਾਰਟੀ, 3-4 ਪਾਰਟੀਆਂ ਜਿਹੜੀਆਂ ਮੇਨ ਆ, ਸਾਨੂੰ ਕਿਸੇ ਨੇ ਵੀ ਨਹੀਂ ਕੋਈ ਕੁਛ ਕਹੀ ਜਾਂਦਾ, ਚਿੱਟਾ ਖਤਮ ਕਰਾਂਗੇ, ਕੋਈ ਕੁਛ ਕਹੀ ਜਾਂਦਾ, ਇਹ ਤਾਂ ਕੰਗਲਾ ਪੰਜਾਬ ਬਣੀ ਜਾਂਦਾ ਹੈ, ਅਸੀਂ ਕਿੱਥੋਂ ਕਿੱਥੇ ਆ ਗਏ ਹਾਂ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੱਦਣ ਬੀਜੇਪੀ ਦਾ ਇੱਥੇ ਰਾਜ ਆ ਗਿਆ, ਮੋਦੀ ਸਾਹਿਬ ਦੇ ਹੱਥ ਕਮਾਂਡ ਆ ਗਈ, ਸਾਡੇ ਵਰਗੇ ਜਿਹੇ ਸੇਵਾਦਾਰ ਡਿਵੋਟੀ ਹਾਂ ਅਸੀਂ, ਅਸੀਂ ਸਿਆਸਤ ਨੇ ਇਬਾਦਤ ਕਰਦੇ ਹਾਂ, ਭਗਤੀ ਦੇ ਤੌਰ 'ਤੇ ਲਵਾਂਗੇ, ਔਰ ਇਸ ਸੂਬੇ ਨੂੰ ਦੇਖਿਓ ਕਿੱਥੇ ਲੈ ਜਾਂਦੇ। ਯੋਗੀ ਸਾਹਿਬ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਪੰਜਾਬ ਮੈਨੂੰ ਫੜਾਓ ਥੋੜ੍ਹੇ ਟਾਈਮ ਲਈ, ਮੈਂ ਦਿਖਾਉਣਾ ਸਿੱਧੇ ਕਰਕੇ ਲਾ ਐਂਡ ਆਰਡਰ। ਹਾਂਜੀ, ਯੂਪੀ ਇੱਕ ਮਿਸਾਲ ਹੈ ਨਾ, ਅੱਜ ਤੋਂ 5-10 ਸਾਲ ਪਹਿਲਾਂ ਦੁਪਹਿਰੇ ਦਿਨ ਦਿਹਾੜੇ ਜੇ ਕੋਈ ਬੰਦਾ ਨਿਕਲ ਜਾਂਦਾ ਸੀ ਘਰੋਂ ਅਤੇ ਘਰ ਵਾਪਸ ਆ ਜਾਏ ਤਾਂ ਸ਼ੁਕਰ ਕਰਦਾ ਸੀ, ਆ ਧੀਆਂ ਭੈਣਾਂ ਦੀ ਅਜ਼ਮਤ ਇੱਜ਼ਤ ਮਹਿਫੂਜ਼ ਨਹੀਂ ਸੀ, ਥਰ ਥਰ ਕੰਬਦੇ ਸੀ, ਇੱਕ ਬਹੁਬਲੀ ਸਾਰੇ ਹਿੰਦੁਸਤਾਨ 'ਤੇ ਹੈ ਵੀ ਹੁੰਦਾ ਸੀ। ਅੱਜ ਕਿੱਥੇ ਨੇ ਉਹ, ਅੱਜ ਕਿੱਥੇ ਨੇ? ਅੱਜ ਯੂਪੀ ਵਿੱਚ ਧੀਆਂ ਬੇਟੀਆਂ ਬਿਲਕੁਲ ਬੇਫਿਕਰ ਹੋ ਕੇ ਫਿਰਦੀਆਂ, ਮਾਪਿਆਂ ਦੇ ਕਾਲਜੇ ਠੰਡੇ ਨੇ, ਇਕੋਨਮੀ ਦੇਖ ਲਓ ਕਿੱਥੇ ਅਪ ਹੋ ਗਈ ਆ, ਇਨਫਰਾਸਟ੍ਰਕਚਰ ਕਿੰਨਾ ਸੁਧਰ ਗਿਆ, ਰੋਡ ਕੈਸੇ ਬਣ ਗਏ, ਕਿੱਦਾਂ ਦੇ ਭੈੜੇ ਰੋਡ ਹੁੰਦੇ ਸੀ, ਸੜਕਾਂ ਹੁੰਦੀਆਂ ਸੀ। ਅਤੇ ਤੁਸੀਂ ਦੇਖ ਲਓ ਕਿ ਜਿੰਨਾ ਮਰਜ਼ੀ ਪੰਜਾਬੀ ਵਿਰੋਧ ਕਰਨ, ਇੱਥੇ ਵੀ ਮੋਟਰਵੇ ਕਿਸ ਲੈਵਲ ਦੇ ਉਹਨਾਂ ਨੇ ਬਣਾ ਛੱਡਿਆ, ਏਮਸ ਤੱਕ ਦਿੱਤੇ ਆ ਸਾਨੂੰ,
ਤੇ ਜਦੋਂ ਰਾਜ ਆ ਗਿਆ ਫਿਰ ਤੇ ਤੁਸੀਂ ਦੇਖਿਓ ਪੰਜਾਬ, ਫਿਰ ਕਹਾਂਗੇ ਹੁਣ ਰੰਗਲਾ ਪੰਜਾਬ। ਆਖਰੀ ਸਵਾਲ, ਈਵੀਐਮ ਮਸ਼ੀਨਾਂ ਨੂੰ ਲੈ ਕੇ ਬੜਾ ਸਵਾਲ ਉੱਠਿਆ, ਐਤਕੀ ਕੀ ਕਹਿੰਦੀ ਈਵੀਐਮ ਮਸ਼ੀਨ? ਜਦੋਂ ਤੇ ਕਿਤੇ ਜਿੱਤ ਜਾਂਦੇ ਉਦੋਂ ਈਵੀਐਮ ਬਹੁਤ ਮੱਥੇ ਨਹੀਂ ਟੇਕਣੋਂ ਹਟਦੇ, ਤੇ ਜਦੋਂ ਬੀਜੇਪੀ ਜਿੱਤਦੀ ਹੈ ਉਦੋਂ ਇਹਨਾਂ ਨੂੰ ਈਵੀਐਮ ਯਾਦ ਆਉਂਦੀ ਹੈ। ਇਸ ਕਰਕੇ ਝੂਠ ਦੀ ਮਠਿਆਈ, ਝੂਠ ਦੀ ਮਠਿਆਈ ਅਟਰੈਕਟਿਵ ਸੀਗੀ, ਉਹ ਇਹਨਾਂ ਨੇ ਵੇਚੀ ਆ 40-50 ਸਾਲ, ਹੁਣ ਨਹੀਂ ਜੋ ਵਿਕਣੀ, ਹੁਣ ਸੱਚੀ ਦੁਕਾਨ ਆ, ਜਿੱਥੇ ਮਤਲਬ ਸੱਚੀ ਦੁਕਾਨ ਆ ਉੱਥੇ ਝੂਠ ਦਾ ਸੌਦਾ ਕੋਈ ਨਹੀਂ, ਉੱਥੇ ਵਰਕ ਲਾ ਕੇ ਕੋਈ ਚੀਜ਼ ਨਹੀਂ ਵਿਕਣੀ, ਉੱਥੇ ਤਾਂ ਪੂਰਾ ਤੱਕੜੀ 'ਤੇ ਤੋਲਿਆ ਜਾਣਾ। ਇਸ ਕਰਕੇ ਸੱਜਣ ਜੀ, ਮੋਦੀ ਸਾਹਿਬ ਔਰ ਬੀਜੇਪੀ 'ਤੇ ਇੱਕ ਵਾਰੀ ਯਕੀਨ ਕਰੋ ਪੰਜਾਬੀਓ। ਮੇਰੇ, ਮੈਂ ਜਿਵੇਂ ਅਕਸਰ ਕਹਿੰਦਾ ਹਾਂ, ਮੈਂ ਇੱਕ ਖੇਤ ਮਜ਼ਦੂਰ ਦਾ ਬੇਟਾ ਹਾਂ, ਮੈਨੂੰ ਪਤਾ ਹੈ ਭੁੱਖ ਦੀ ਪਰਿਭਾਸ਼ਾ ਕੀ ਹੁੰਦੀ ਹੈ, ਮੈਨੂੰ ਪਤਾ ਫਾਕੇ ਕੀ ਹੁੰਦੇ ਆ, ਮੈਨੂੰ ਪਤਾ ਆ ਕਿ ਮਾਂ ਬਾਪ ਮਜ਼ਦੂਰੀ ਜਿਹੜੇ ਕਰਦੇ ਆ ਸਾਰਾ ਦਿਨ ਖੇਤਾਂ 'ਚ ਕੰਮ ਕਰਕੇ, ਪਤਲੀ ਜਿਹੀ ਮਸਰਾਂ ਦੀ ਦਾਲ ਅਤੇ 2-4 ਰੋਟੀਆਂ ਉਹਨਾਂ ਨੂੰ ਲੱਭਦੀਆਂ, ਉਹਨਾਂ ਦੀ ਹਾਲਤ ਸੁਧਾਰਨੀ ਆ, ਉਹਨਾਂ ਨੂੰ ਮੰਗਣ ਜੋਗੇ ਨਹੀਂ ਵੰਡਣ ਜੋਗੇ ਬਣਾਉਣਾ। ਬਹੁਤ ਬਹੁਤ ਸ਼ੁਕਰੀਆ ਹੰਸਰਾਜ ਜੀ। ਤਾਂ ਹੰਸਰਾਜ ਹੰਸ ਹੋਣੀ ਕਾਫੀ ਹੌਸਲੇ 'ਚ ਲੱਗਦੇ ਨੇ, ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦਮਦਾਰ ਪ੍ਰਦਰਸ਼ਨ ਕਰੇਗੀ, ਅਤੇ ਦੇਸ਼ ਦੇ ਵਿੱਚ ਤਾਂ ਕਹਿੰਦੇ ਹੁੰਮ ਹੁਮਾ ਕੇ ਬੀਜੇਪੀ ਆ ਰਹੀ ਆ। ਦੇਖਦੇ ਹਾਂ, ਦਾਅਵੇ ਤਾਂ ਸਾਰੇ ਪਾਸੇ ਹੋ ਰਹੇ ਨੇ, ਪਰ ਨਿਬੜੇਗਾ ਕੀ, ਹੋਏਗਾ ਕੀ, ਨਤੀਜੇ ਕੀ ਰਹਿਣਗੇ, ਵੋਟ ਪ੍ਰਤੀਸ਼ਤ ਕਿੱਧਰ ਕਿੰਨਾ ਰਹੇਗਾ, ਸਮਾਂ ਦੱਸੇਗਾ। ਫਿਲਹਾਲ 1 ਜੂਨ ਬਿਲਕੁਲ ਸਿਰ 'ਤੇ ਖੜੀ ਹੈ, ਅਤੇ 4 ਜੂਨ ਨੂੰ ਤਸਵੀਰ ਸਾਫ਼ ਹੋ ਜਾਏਗੀ।